ਅਸਲਾਮ ਵਾਲੇਕਮ। ਇਹ ਗੱਡੀ ਆ ਗਈ ਜੀ ਸਾਡੇ ਕੋਲ 2014 ਮਾਡਲ ਹੋਂਡਾ ਵਿਜ਼ਨ। ਗੱਡੀ ਬਾਰੇ ਦੀ ਲੱਭਦੀ ਪਈ ਜੀ, ਪਰ ਪਹਿਲੇ ਵੀ ਮੈਂ ਹੀ ਵੇਚੀ ਇਹ ਗੱਡੀ, ਹੁਣ ਫਿਰ ਆ ਗਈ ਮੇਰੇ ਕੋਲ ਵਿਕਣ ਵਾਸਤੇ। ਗੱਡੀ ਦਾ 2014 ਮਾਡਲ, ਤੁਹਾਨੂੰ ਪਤਾ ਗੇਅਰ ਦਾ ਫਾਲਟ ਹੈ, ਲੇਕਿਨ ਇਸ ਗੱਡੀ ਦਾ ਗੇਅਰ ਨਵਾਂ ਪੈ ਗਿਆ ਔਰ ਇਸ ਗੱਡੀ ਦੀ ਇੰਨੀ ਗਰੰਟੀ ਹੈ। ਮੈਂ ਤੁਹਾਨੂੰ ਗਰੰਟੀ ਦੇ ਰਿਹਾ ਕਿ ਇਹ ਗੱਡੀ ਦਾ ਪੂਰਾ ਸਾਲ ਗੇਅਰ ਖਰਾਬ ਹੋ ਜਾਵੇ, ਡੇਢ ਸਾਲ ਦੁਬਾਰਾ ਵਾਪਸ ਲਿਆ ਕੇ ਆਪਣੇ ਪੈਸੇ ਲੈ। ਗੱਡੀ ਦਾ ਨੰਬਰ ਲੱਗਾ ਜੀ ਲਾਹੌਰ ਦਾ। ਐਡੀ ਗਰੰਟੀ ਨਾਲ ਗੱਡੀ ਤੁਹਾਨੂੰ ਕਿਸੇ ਵੀ ਨਹੀਂ ਲੱਭਣੀ ਜਿਹੜੀ ਗਰੰਟੀ ਨਾਲ ਟੋਕਰ ਦੇ ਰਿਹਾ। ਔਰ ਜਿਹੜੀ ਗੱਲ ਕਰਾਂਗੇ ਉਹਦੇ 'ਤੇ ਇਨਸ਼ਾਅੱਲਾ ਪਹਿਰਾ ਦੇਵਾਂਗੇ। ਗੱਡੀ ਹਰ ਲਿਹਾਜ਼ ਨਾਲ ਪੂਰੀ, 2-3 ਪੀਸ ਦੇਣ 'ਚ ਰੱਖੋ, 4 ਪੀਸ ਦੇਣ 'ਚ ਰੱਖ ਲਓ ਸ਼ਾਹ ਬਣੇ, ਕਿਉਂਕਿ ਜਪਾਨੀ ਗੱਡੀ ਹੈ, ਮੇਨ ਐਕਸੀਡੈਂਟ ਕੋਈ ਨਹੀਂ। ਸੋਹਣੀ ਗੱਡੀ ਹੈ, ਹਰ ਲਿਹਾਜ਼ ਨਾਲ ਪੂਰੀ ਹੈ। ਇਹ ਸਾਈਡ 'ਤੇ ਸਾਰੀ ਤਕਰੀਬਨ ਜਾਨਵਰ ਹੈ ਔਰ ਡਿਮਾਂਡ ਇਹਦੀ ਆ ਜੇ 45 ਲੱਖ ਰੁਪਇਆ। ਗੇਅਰ ਨਵਾਂ ਪਿਆ ਜਿਹਦਾ, ਗੇਅਰ ਇੱਕ ਵਾਰੀ ਜ਼ਿੰਦਗੀ ਖਰਾਬ ਹੋਣਾ ਹੀ ਹੋਣਾ ਇਹਦਾ, 2-3 ਸਾਲ 4 ਸਾਲ ਬਾਅਦ ਖਰਾਬ ਹੋ ਜਾਂਦਾ। ਹੁਣ ਇਹਦਾ ਗੇਅਰ ਨਵਾਂ ਪਿਆ ਗਿਆ, ਹੁਣ ਇਹਨੂੰ ਟੈਨਸ਼ਨ ਕੋਈ ਨਹੀਂ, ਹੁਣ ਜਿਹਨੇ ਲੈਣੀ ਹੈ ਨਾ ਉਹਨੇ ਮਜ਼ੇ ਲੈਣੇ ਨੇ। ਤੇ ਚਲਾਓ ਜੀ, ਹੁਣ ਲੈ ਕੇ ਜਾਓ ਸ਼ੋਰੂਮ 'ਤੇ, ਮੈਂ ਉਹਨਾਂ ਨੂੰ ਰੋਟੀ ਖਵਾ ਕੇ ਆਉਂਦਾ ਪਿਆ। 0-333-4460-302 ਇਸ ਨੰਬਰ 'ਤੇ ਰਾਬਤਾ ਕਰਕੇ ਅਤੇ ਆ ਜਾਓ ਸਾਡੇ ਕੋਲ ਡੋਗਰ ਮੋਟਰ 'ਤੇ। ਇਹ ਕੱਲ੍ਹ ਅਲ ਜਲੀਲ ਗਾਰਡਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਲਾ ਰਹੇ ਹਾਂ ਕਾਰ ਮੇਲਾ, ਹਰ ਇਤਵਾਰ ਨੂੰ, ਹਰ ਬੁੱਧ ਨੂੰ, ਹਰ ਜੁੰਮੇ ਨੂੰ ਅਸੀਂ ਲਾਈਦਾ ਮੇਲਾ ਗੱਡੀਆਂ ਦਾ। ਔਰ ਕੱਲ੍ਹ ਕਾਰ ਮੇਲੇ ਦੇ ਵਿੱਚ ਦੇਣੀ ਹੈ ਗੱਡੀ ਇਨਸ਼ਾਅੱਲਾ, ਅੱਲਾ ਦੇ ਹੁਕਮ ਦੇ ਨਾਲ। ਪਤਾ ਨਹੀਂ ਕਿਹੜੇ ਕਿਸਮਤ ਵਾਲੇ ਦੀ ਕਿਸਮਤ 'ਚ ਗੱਡੀ। ਅਗਰ ਕਿਸੇ ਬਾਈ ਨੂੰ ਹੋਂਡਾ ਵਿਜ਼ਨ ਚਾਹੀਦੀ ਹੈ ਤਾਂ ਆ ਜਾਓ ਸਾਡੇ ਕੋਲ। ਸਾਡੇ ਕੋਲ ਇਸ ਟਾਈਮ 3-4 ਵਿਜ਼ਨਾਂ ਖੜ੍ਹੀਆਂ ਨੇ, ਲੇਕਿਨ ਇਹ ਬਾਰੇ ਦੀ ਗੱਡੀ ਜੇ 45 ਲੱਖ ਡਿਮਾਂਡ ਹੈ, 14 ਮਾਡਲ ਜ਼ੈਡ ਪੈਕੇਜ ਹੈ, ਲੇਕਿਨ ਮੁਨਾਸਿਬ ਕਰਾ ਲਾਂਗੇ ਗੱਡੀ।